ਤੁਸੀਂ ਆਪਣੀ ਨਵੀਂ ਕਿਤਾਬ ਸ਼ਮਸ਼ੇਰ ਬਾਰੇ ਥੋੜ੍ਹਾ ਜਿਹਾ ਦੱਸਿਓ। ਹਾਂਜੀ, ਮਤਲਬ ਕੋਈ ਪੁਰਾਣੇ ਦੌਰ 'ਤੇ ਨਹੀਂ, ਅੱਜ ਕੱਲ੍ਹ ਲੋਕਾਂ ਦਾ ਦਰਦ ਹੀ ਹੈ, ਕਿਵੇਂ ਕੋਈ ਇਨਸਾਫ ਲਈ ਲੜਦਾ ਗਾ, ਕਾਲਪਨਿਕ ਚੀਜ਼ਾਂ ਦਾ ਨਿਚੋੜ ਜਿਹਾ ਅਸਲ ਵਿੱਚ। ਦਰਸ਼ਨਾ ਕਹਿੰਦੇ ਮੰਤਰੀ ਦਾ ਮੁੰਡਾ ਦਾ ਮਾਂ। ਅੱਛਾ ਜੀ, ਉਹ ਕਹਿੰਦਾ ਇੱਕ ਕਾਗਜ਼ ਆ ਜੀ, ਉਹ ਜੇਲ੍ਹ 'ਚ ਉਹਨੇ ਲਿਖਿਆ ਹੋਈ ਤਿਉੜ ਵਾਲੇ ਤੋਂ ਬਚਿਓ। ਪਤਾ ਨਹੀਂ ਕਹਿੰਦੇ ਗਰੀਬਾਂ ਦੇ ਘਰ ਕਿਹੜਾ ਮਸੀਹਾ ਬਣ ਕੇ ਆ ਰਿਹਾ। ਅੱਜ ਤੇਰਾ ਕਿਵੇਂ ਜੀ ਕਰਿਆ ਆ? ਚੱਲ ਲਿਆ ਦੂੰ ਕੋਈ ਨੀ, ਮੈਂ ਖੇਤੋਂ ਆਉਂਦਾ ਹੋਇਆ ਨਾ ਤੈਨੂੰ ਜਲੇਬੀਆਂ ਲਿਆ ਦੂੰਗਾ। ਉੱਥੇ ਉੱਠਣ ਸਾਰੀ ਕਿਤਾਬਾਂ ਚ ਵੜ ਕੇ ਬਹਿ ਜਾਂਦਾ, ਚਾਹ ਪਾਣੀ ਪੀ ਲਿਆ। ਹਾਂ ਪੀ ਲਈ ਸੀ ਬਾਪੂ, ਛੋਟੀ ਫੜਾ ਗਈ ਸੀ। ਉੱਥੇ ਜੋ ਆਪਣੇ ਖੇਤਾਂ ਕੋਲ ਕੁਲਦੀਪ ਸੀ ਨਾ, ਉਹਦਾ ਮੁੰਡਾ ਵੀ ਕੱਲ੍ਹ ਬਾਹਰ ਜਾ ਵੜਿਆ। ਬਾਪੂ ਇਹ ਤਾਂ ਅੱਡ ਅੱਡ ਸੋਚ ਆ ਹਰ ਇੱਕ ਦੀ, ਕਿਸੇ ਨੂੰ ਇੱਧਰਲੀਆਂ ਗਲੀਆਂ ਪਸੰਦ ਆ, ਕਿਸੇ ਨੂੰ ਉੱਧਰਲੀ ਮਿੱਟੀ। ਜਿਹਨੇ ਕੁਛ ਕਰਨਾ ਇੱਧਰ ਵੀ ਕਰ ਹੀ ਲੈਣਾ ਗਾ। ਚੱਲ ਠੀਕ ਆ, ਤੇਰੀ ਮਰਜ਼ੀ ਆ। ਹੋਰ ਕਿੰਨੀਆਂ ਕਿਤਾਬਾਂ ਲਿਖ ਜਾਏਗਾ ਬਾਪੂ? ਜਿੰਨਾ ਲਈ ਮੈਂ ਲਿਖ ਰਹੀ, ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚੀ ਨਹੀਂ। ਮੈਂ ਉਹਨਾਂ ਟਾਈਮ ਲਿਖੂੰਗਾ ਜਿੰਨਾ ਟਾਈਮ ਮੇਰੇ ਲਿਖੇ ਬੋਲ ਉਹਨਾਂ ਦੇ ਕੰਨਾਂ 'ਚ ਸਰਾਖ ਨਹੀਂ ਕਰ ਦਿੰਦੇ। ਉਹ ਤਾਂ ਪਤਾ ਨਹੀਂ ਤੂੰ ਕੀ ਗੁੰਝ ਲੈ ਪਾਈ ਇਹਨਾਂ, ਸਾਨੂੰ ਤਾਂ ਤੇਰੀ ਕੋਈ ਗੱਲ ਸਮਝ ਨਹੀਂ ਲੱਗਦੀ। ਚੱਲ ਠੀਕ ਆ ਪੁੱਤ, ਮੈਂ ਖੇਤ ਚੱਲਿਆ, ਰੋਟੀ ਲੈ ਕੇ ਆ ਜੀ। ਅੱਤ ਚੱਕੀ ਆ ਇਹਨਾਂ, ਚਾਚਾ ਇਹ ਕੌਣ ਸੀ? ਆਪਣੇ ਪਿੰਡ ਵਾਲਾ ਮੁਖਤਿਆਰ ਸੀ ਜਿਹੜੇ, ਕਿਤੇ ਉਹੀ ਛੇਕ ਨਾਲਾ ਕਰਕੇ ਤਾਂ ਨਹੀਂ ਆਇਆ ਸੀ? ਉਹੀ ਵਾਹੁਣ ਆਏ ਸੀ ਕਿਸੇ। ਚਾਚਾ ਤੂੰ ਤਲਾਹ ਨਹੀਂ ਦਿੱਤੀ ਫਿਰ ਕਿਸੇ ਨੂੰ? ਦਿੱਤੀ ਸੀ ਸ਼ੇਰੇ, ਪਰ ਇਹਨਾਂ ਨੂੰ ਆਪਣੀਆਂ ਗਰੀਬਾਂ ਦੀਆਂ ਲੇਲੜੀਆਂ ਕਿੱਥੇ ਸੁਣਦੀਆਂ। ਚੱਲ ਚਾਚਾ ਮੈਂ ਬਾਪੂ ਨੂੰ ਰੋਟੀ ਫੜਾਇਆ ਵਾ, ਸਲਾਣਾ ਹਾਰ ਆਪਾਂ ਕਰਦੇ ਹਾਂ ਕੁਛ।
ਬਾਈ ਯਾਰ ਮਖਤਿਆਰ ਨੇ ਪਿੰਡ ਚ ਬੜੀ ਅੱਤ ਚੱਕੀ ਆ, ਸਾਰੇ ਗਰੀਬਾਂ ਦਾ ਹੱਕ ਖੋ ਕੇ ਖਾ ਜਾਂਦਾ। ਕਿਉਂ ਘਬਰਾਉਣਾ ਯਾਰ, ਜਦੋਂ ਕਿਸੇ ਗਰੀਬ ਦੇ ਇੱਕੇ ਚੜ ਗਿਆ ਐਂ ਘੱਟ। ਚੱਕਲੇ ਦਾਸ ਨਾ ਚੱਕਲੇ ਬਈ, ਉਹ ਕਹਿੰਦੇ ਆਪਣੇ ਪਿੰਡ ਵਾਲਾ ਮੁਖਤਿਆਰ ਮਾਰਤਾ, ਤੂੰ ਸੁਣਿਆ ਹੋਵੇ ਕਿਹਨੇ ਗੱਲ ਕਰਤਾ ਦਾ ਹੋਵੇ। ਚੱਲ ਚੰਗਾ ਹੋ ਗਿਆ ਮਰ ਗਿਆ, ਕਿੰਨਾ ਦਾ ਹੱਕ ਖਾ ਗਿਆ ਖਾਂਦਾ ਸੀ ਯਾਰ ਉਹ। ਕਹਿੰਦੇ ਭਾਈ ਉਹਦੀ ਜੇਲ ਚੋਂ ਪਰਚਾ ਜਿਹਾ ਮਿਲਿਆ, ਕਹਿੰਦੇ ਤਿਉੜੀਆਂ ਤੋਂ ਬਚਿਓ। ਕਦੇ ਤਾਂ ਭਾਈ ਰੱਬ ਸੁਣਦਾ ਹੀ ਆ, ਕਿੰਨਾ ਚਿਰ ਖਾਂਦਾ ਗਰੀਬਾਂ ਦਾ ਬਚੂ। ਸਾਰੇ ਵੇਖੀ ਗਏ ਪਰ ਕਰਦੇ ਕੀ, ਉਹਨਾਂ ਉਮਰੇ ਦੱਸੋ ਹੁਣ ਗਰੀਬਾਂ ਦਾ ਕੀ ਜੋਰ ਚੱਲਦਾ। ਜਿਹੜਾ ਕਰੂਗਾ ਆਪੇ ਭੁਗਤੂਗਾ, ਚੱਲ ਠੀਕ ਹੈ। ਫਕਰ ਵਿਖੇ ਮੁਖਤਿਆਰ ਸਿੰਘ ਨਾਂ ਦੇ ਬੰਦੇ ਦਾ ਕਤਲ, ਕਈ ਕੇਸਾਂ ਵਿੱਚ ਸੀ ਸ਼ਾਮਲ। ਮੰਮੀ ਮੰਮੀ ਪਾਪਾ ਕਿਦੋਂ ਕਹਣਗੇ ਮੰਮੀ ਦੱਸ ਦੇਣਾ।